करते हैं पंजाब की खबरों की। पंजाब में आखिरी चरण यानी 1 जून को लोकसभा चुनाव की वोटिंग होनी है। इस बार पंजाब में 70% वोटिंग करवाने के लिए प्रशासन पूरा जोर लगा रहा है। स्वीप टीमें लगातार वोटर को वोट डालने के लिए जागरूक कर रही है। इसी कड़ी में मोगा जिले के स्वीप टीम द्वारा DEO सेकेंडरी स्कूल के साथ जिले भर के सभी स्कूलों में बच्चों को जागरूक किया गया, ताकि बच्चे अपने घरों में जाकर अपने दादा दादी, नाना नानी, माता पिता और घर के बड़े लोगों को जागरूक करें। मोगा से हरपाल सिंह सहारन की रिपोर्ट। असल विच ये एक स्कूल दी एक्टिविटी नहीं सीगी, साडी जिले दी जिहड़ी एक्टिविटी है वो असीं इत्थे भीमनगर सीनियर सैकेंडरी स्कूल दे विच कीती है। और वैसे सारा जिला मोगा अज अपने प्रेयर टाइम दे विच उन्हां सारयां ने ही स्टाफ ने और बच्चों ने मिलके एक सौं चुकी है कि असी वोट पाउण वी जावांगे। जिहड़े साडे पेरेंट्स ने, दादा दादी ने, नाना नानी ने, भैन भरा ने, उन्हां सारयां नूं असी जाके अवेयर करांगे वी 1 जून 2024 नूं वोटां पै रही हैं। सवेरे 7 बजे वोटां दा काम शुरू हो जाएगा और सारे जने जिहड़े हैगे असी वोटां पाउण जावांगे। इत्थे जदों असी बच्चों नाल गल कर रहे सी, ਬੱਚਿਆਂ ਨਾਲ ਅਸੀਂ ਇੰਟਰੈਕਟ ਕਰ ਰਹੇ ਸੀਗੇ, ਤਾਂ ਸਾਨੂੰ ਇੱਕ ਗੱਲ ਜਿਹੜੀ ਜ਼ਰੂਰ ਮਹਿਸੂਸ ਹੋਈ ਹੈਗੀ ਹੈ ਕਿ ਇਹ ਜਿਹੜੇ ਗਵਰਨਮੈਂਟ ਸਕੂਲਸ ਦੇ ਬੱਚੇ ਨੇ ਨਾ, ਮੈਨੂੰ ਬੜੇ ਪਿਆਰੇ ਲੱਗੇ ਕਿ ਬਹੁਤ ਜ਼ਿਆਦਾ ਇਸ ਨੂੰ ਇੰਟਰਸਟ ਨਾਲ ਸੁਣ ਰਹੇ ਹੈ, ਬੜੇ ਹੀ ਪਿਆਰ ਦੇ ਨਾਲ ਸੁਣ ਰਹੇ ਹੈ ਔਰ ਉਹਨਾਂ ਨੂੰ ਇੰਟਰਸਟ ਹੈ ਔਰ ਉਹ ਜ਼ਰੂਰ ਜਾ ਕੇ, ਮੈਨੂੰ ਵਿਸ਼ਵਾਸ ਹੈ ਕਿਉਂਕਿ ਜਿਹੜੇ ਨਵੇਂ ਬੱਚੇ ਨਵੇਂ ਵੋਟਰ ਬਣੇ ਨੇ ਨਾ, ਉਹ ਬੱਚਿਆਂ ਦਾ ਵੀ ਇੰਟਰਸਟ ਹੈ। ਸਾਨੂੰ ਵਿਸ਼ਵਾਸ ਇਹ ਹੈ ਕਿ ਇੱਥੇ ਜਿਹੜਾ ਮੈਸੇਜ ਅਸੀਂ ਸਕੂਲ ਸਟਾਫ ਵੱਲੋਂ ਡਿਪਟੀ DO ਸਾਹਿਬ ਸਰਦਾਰ ਗੁਰਦਿਆਲ ਸਿੰਘ ਜੀ ਵੱਲੋਂ, ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ, ਸਮੁੱਚੀ ਜ਼ਿਲ੍ਹਾ ਦੀ ਜਿਹੜੀ ਸਵੀਪ ਟੀਮ ਹੈ ਉਹਨਾਂ ਵੱਲੋਂ ਜਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ, ਉਹ ਮੈਸੇਜ ਸਾਡੇ ਇਹਨਾਂ ਦੇ ਘਰ ਤੱਕ ਜ਼ਰੂਰ ਪਹੁੰਚੇਗਾ। ਔਰ ਇਹ ਬਹੁਤ ਵਧੀਆ, ਬਹੁਤ ਹੀ ਵਧੀਆ ਸਾਡੇ ਐਂਬੈਸਡਰ ਨੇ ਜਿਨ੍ਹਾਂ ਨੇ ਅੱਜ ਇਸ ਚੀਜ਼ ਨੂੰ ਆਪਣੇ ਘਰਾਂ ਤੱਕ ਪਹੁੰਚਾਉਣਾ ਹੈ ਔਰ ਉੱਥੋਂ ਉਹ ਚੀਜ਼ ਨਿਕਲ ਕੇ ਬਾਹਰ ਆਏਗੀ। ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦਿਨ ਇਹਨਾਂ ਦੇ ਪੇਰੈਂਟਸ, ਇਹਨਾਂ ਦੇ ਦਾਦਾ ਦਾਦੀ, ਨਾਨਾ ਨਾਨੀ, ਭੈਣ ਭਰਾ ਸਾਰੇ ਸਵੇਰੇ ਉੱਠ ਕੇ ਪਹਿਲਾ ਕੰਮ ਆਪਣਾ ਵੋਟ ਪਾਉਣ ਦਾ ਕਰਨਗੇ ਔਰ ਇਹ ਬੱਚੇ ਉਹਨਾਂ ਨੂੰ ਜ਼ਰੂਰ ਬੂਥਾਂ ਤੱਕ ਲੈ ਕੇ ਜਾਣਗੇ। ਔਰ ਇਹ ਸਾਡੇ ਅਵੇਅਰਨੈਸ ਮਤਲਬ ਦੂਤ ਹੈਗੇ, ਇਹਨਾਂ ਦੇ ਨਾਲ ਅਸੀਂ ਤਾਂ ਹੀ ਇਹਨਾਂ ਤੱਕ ਪਹੁੰਚ ਕਰਦੇ ਹਾਂ, ਤਾਂ ਹੀ ਅਸੀਂ ਇਹਨਾਂ ਤੱਕ ਆਏ। ਇਹਨਾਂ ਬੱਚਿਆਂ ਦੇ ਥਰੂ ਅਸੀਂ ਕਨਵੇ ਕੀਤਾ ਕਿ ਬੱਚਿਓ ਆਪਣੇ ਪੇਰੈਂਟਸ ਨੂੰ ਆਪਦੇ ਭਵਿੱਖ ਲਈ ਜ਼ਰੂਰ ਇਹ ਰਿਕੁਐਸਟ ਕਰੋ ਕਿ ਅਸੀਂ ਵੋਟ ਪਾਉਣ ਜਾਣਾ ਹੀ ਜਾਣਾ, ਅਸੀਂ ਵੋਟ ਜ਼ਰੂਰ ਪਾਵਾਂਗੇ। ਮੁਸਕਾਨ, ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਹੈ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਜਿਸ ਤਰ੍ਹਾਂ ਮੈਂ 1 ਜੂਨ 2024 ਨੂੰ ਆਪਣਾ ਵੋਟ ਪਹਿਲਾ ਵੋਟ ਪਾਉਣ ਜਾ ਰਹੀ ਹਾਂ, ਉਸੇ ਤਰ੍ਹਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣਾ ਵੋਟ ਜ਼ਰੂਰ ਪਾਉਣ ਜਾਣ। ਇਸ ਨਾਲ ਸਾਡਾ ਦੇਸ਼ ਅੱਗੇ ਵਧੇਗਾ, ਸਾਡੇ ਦੇਸ਼ ਨੂੰ ਇੱਕ ਵਧੀਆ ਕੈਂਡੀਡੇਟ ਮਿਲੇਗਾ। श्री मुक्तसर साहिब में 8 लाख गेंग के फिरौती मांगने वाले 4 गुर्गों को CI और श्री मुक्तसर साहिब पुलिस ने संयुक्त ऑपरेशन में गिरफ्तार कर लिया है। इन बदमाशों के पास पुलिस ने पिस्टल, कारतूस, 5 मोबाइल फोन और 2 कार बरामद किया है। जिला प्रमुख ने बताया कि जिले में रंगदारी के मामले में सख्ती से निपटा जा रहा है और गैंगस्टरों के खिलाफ विशेष अभियान भी लगातार चलाया जा रहा है। इसी के तहत 8 गैंग 4 गुर्गों को गिरफ्तार किया गया है, जो एक व्यक्ति को फोन पर 50 लाख रुपए की फिरौती मांग रहे थे। श्री मुक्तसर साहिब से बूटा सिंह की रिपोर्ट। सर, आज PCB की जा रही है, किस मुख्य? हाँ, आज जो प्रेस कॉन्फ्रेंस हैगा वो बेसिकली जो 8 गैंग के फिरौती मांगने वाले 4 गुर्गे काउंटर इंटेलिजेंस की टीम और मुक्तसर साहब पुलिस वालों एक सांझे ऑपरेशन के दौरान असी काबू करने दे विच सफल हुए हैगे। ਜਿਨ੍ਹਾਂ ਦੇ ਕੋਲੋਂ 1 32 ਬੋਰ ਪਿਸਤਲ, 4 ਜਿੰਦਾ ਰੌਂਦ,
5 ਮੋਬਾਈਲ ਫੋਨ ਔਰ ਦੋਸ਼ੀਆਂ ਵੱਲੋਂ ਜੋ ਰੈਕੀ ਵਗੈਰਾ ਕਰਨ ਕੇ ਲਈ ਵਾਰਦਾਤ ਦੇ ਵਿੱਚ ਯੂਜ ਕੀਤੀ ਗਈ ਸਵਿਫਟ ਕਾਰ ਔਰ ਐਕਟਿਵਾ ਬਰਾਮਦ ਅਸੀਂ ਹੁਣ ਤੱਕ ਕਰ ਲਈ ਹੈਗੀ। ਜੋ ਮੇਨ ਜੋ ਇਸ਼ੂ ਥਾ ਕਿ ਅੱਜ ਸੇ 10-15 ਦਿਨ ਪਹਿਲੇ ਸਾਡੇ ਮੁਕਤਸਰ ਤੇ ਇੱਕ ਵਸਨੀਕ ਨੂੰ ਅਰਜ਼ ਅੱਲਾ ਵੱਲੋਂ ਫਿਰੌਤੀ ਮੰਗਣ ਦੀ ਔਰ ਜਾਨੋਂ ਮਾਰਨ ਦੀਆਂ ਧਮਕੀਆਂ ਭਰੀ ਕਾਲ ਆ ਰਹੀ ਸੀ। ਤੋ ਮੁਕਤਸਰ ਪੁਲਿਸ ਵੱਲੋਂ ਪ੍ਰੋਮਪਟਲੀ ਐਕਸ਼ਨ ਕਰਕੇ ਅਸੀਂ FIR ਲੌਂਚ ਕੀਤੀ। ਉਹਦੇ ਬਾਅਦ ਮੈਂ ਵੱਖ ਵੱਖ ਮੁਕਤਸਰ ਪੁਲਿਸ ਕੀ ਔਰ ਕਾਊਂਟਰ ਇੰਟੈਲੀਜੈਂਸ ਕੀ ਟੀਮ ਵੱਲੋਂ ਟੈਕਨੀਕਲੀ ਸਾਇੰਟੀਫਿਕਲੀ ਔਰ ਇੱਕ ਹਿਊਮਨ ਐਂਡ ਕੇ ਬਿਹਾਵ 'ਤੇ ਅਸੀਂ ਦਿਨ ਰਾਤ ਵਰਕ ਕਰ ਰਹੇ ਸੀ। ਸਾਡੀ ਟੀਮਾਂ ਨੇ ਬਹੁਤ ਮਿਹਨਤ ਕੀਤੀ ਔਰ ਅਸੀਂ ਇਹਦੇ ਵਿੱਚ ਟੋਟਲ 4 ਅਕਿਊਜ਼ ਹੁਣ ਤੱਕ ਫੜਨ ਦੇ ਵਿੱਚ ਅਸੀਂ ਕਾਮਯਾਬ ਹੋਏ ਹੈਗੇ, ਜਿਨ੍ਹਾਂ ਦੇ ਵਿੱਚੋਂ ਇੱਕ ਹੈਗਾ ਹਿਮਾਂਸ਼ੂ ਔਰ ਉਸਕਾ ਸਾਥੀ ਹੈਗਾ ਜੁਵੇਨਾਇਲ। ਉਹ ਦੋਨੋਂ ਜੋ ਵੀ ਸਾਡਾ ਮੁਦਈ ਸੀ ਮੁਕਦਮੇ ਕਾ, ਉਸਕੇ ਘਰ ਕੇ ਫੋਨ ਨੰਬਰ ਔਰ ਉਸਕੀ ਡੇਲੀ ਕੀ ਐਕਟੀਵਿਟੀ ਕੇ ਬਾਰੇ ਮੈਂ। ਤੀਸਰਾ ਜੋ ਅਕਿਊਜ਼ ਹੈਗਾ ਹਰਮਨਦੀਪ ਸਿੰਘ, ਉਹਨੂੰ ਇਨਫੋਰਮੇਸ਼ਨ ਦਿੰਦੇ ਸੀ। ਉਸਕੇ ਬਾਅਦ ਮੈਂ ਹਰਮਨਦੀਪ ਹੈਗਾ ਉਹ ਆਗੇ ਅਰਸ਼ ਡੱਲਾ ਨਾਲ ਸਿੱਧੀ ਗੱਲਬਾਤ ਕਰਦਾ ਸੀ ਔਰ ਅਰਸ਼ ਡੱਲਾ ਜੋ ਮੁਦਈ ਮੁਕਦਮਾ ਹੈ ਉਹਨਾਂ ਨੂੰ 50 ਲੱਖ ਰੁਪਏ ਕੀ ਫਿਰੌਤੀ ਮੰਗ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਤੋ ਹੁਣ ਤੱਕ ਅਸੀਂ ਹਰਮਨਦੀਪ, ਹਿਮਾਂਸ਼ੂ ਔਰ ਗੁਰਪਿਆਰ ਇਹ ਤਿੰਨੋਂ ਮੁਕਤਸਰ ਕੇ ਵਸਨੀਕ ਹੈਗੇ, ਇਹ 3 ਅਕਿਊਜ਼ ਅਸੀਂ ਫੜ ਲਏ ਹੈਗੇ। ਚੌਥਾ ਇਹਨਾਂ ਦਾ ਇੱਕ ਸਾਥੀ ਹੈਗਾ ਜੁਵੇਨਾਇਲ ਹੈਗਾ, ਉਹ ਵੀ ਅਸੀਂ ਫੜ ਲਿਆ ਹੈਗਾ। ਤੋ ਇਹ ਕਾਊਂਟਰ ਇੰਟੈਲੀਜੈਂਸ ਔਰ ਮੁਕਤਸਰ ਪੁਲਿਸ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੈਗੀ। ਦੇਖੋ ਜੀ, ਹੁਣੇ ਫੜਿਆ ਹੈਗਾ, ਮੇ ਬੀ ਹੋ ਸਕਦਾ ਹੈ ਕਿ ਇਹਨਾਂ ਨੇ ਪਹਿਲੇ ਵੀ ਕੀਤੀ ਹੋ, ਆਗੇ ਵੀ ਕਰਨੀ ਹੋ, ਉਹ ਇੱਕ ਥੋਰੋਲੀ ਇਨਵੈਸਟੀਗੇਸ਼ਨ ਕਾ ਪਾਰਟ ਹੈਗਾ, ਉਹ ਅਭੀ ਬਾਅਦ ਮੈਂ ਰਿਵੀਲ ਕੀਤਾ। ਬੇਸਿਕਲੀ ਜੋ ਇੱਕ ਸਵਿਫਟ ਕਾਰ ਔਰ ਇੱਕ ਜੋ ਸਕੂਟੀ ਫੜੀ ਗਈ ਹੈ, ਇਹ ਜੋ ਮੁਦਈ ਮੁਕਦਮਾ ਹੈ ਉਸਕੇ ਜੋ ਐਕਟੀਵਿਟੀ ਟੀ ਉਹਨਾਂ ਨੂੰ ਵਾਚ ਕਰਨ ਵਾਸਤੇ ਉਨਕੇ ਜੋ ਫੋਨ ਨੰਬਰ ਵਗੈਰਾ ਦੀਏ, ਤੋ ਐਕਟੀਵਿਟੀ ਮੋਨੀਟਰ ਕਰਨ ਕੇ ਲਈ ਵਹੀਕਲ ਯੂਜ ਕਰਦੇ ਸੀ। ਸਰ ਕੱਲ ਦੇ ਰਹਿਣ ਵਾਲੇ ਕਿਹਦੇ? ਮੁਕਸਰ ਕੇ ਰਹਿਣ ਵਾਲੇ ਨੇ ਸਾਰੇ, ਸਿਟੀ ਏਰੀਆ? ਬਿਲਕੁਲ ਸਿਟੀ ਏਰੀਆ ਜੀ। ਸਰ ਕਿਸ ਤਰ੍ਹਾਂ ਧਮਕੀਆਂ ਮਿਲੀਆਂ ਸੀ WhatsApp ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਾਂ ਕੋਈ? ਇੰਟਰਨੈਸ਼ਨਲ ਕਾਲ ਰਾਹੀਂ ਧਮਕੀਆਂ ਦਿੰਦਾ ਸੀ ਜੋ ਮੁਦਈ ਮੁਕਦਮਾ ਹੈ ਉਸਨੂੰ, ਇੰਟਰਨੈਸ਼ਨਲ ਕਾਲ ਕੇ ਦੁਆਰਾ ਪੈਸੇ ਮੰਗਣੇ ਧਮਕੀ ਦਿੰਦਾ। ਸਰ ਅਕਸਰ ਹੀ ਦੇਖਣ ਨਾਲ ਆਮ ਜਨਤਾ ਡਰ ਗਈ। ਸ੍ਰੀ ਮੁਕਤਸਰ ਸਾਹਿਬ ਕੀ ਅਦਾਲਤ ਮੇਂ ਬਖਸ਼ੀਖਾਨੇ ਸੇ ਕੈਦੀ ਫਰਾਰ ਹੋ ਗਿਆ। ਕੈਦੀ ਕੇ ਫਰਾਰ ਹੋਣੇ ਸੇ ਪੁਲਿਸ ਅਧਿਕਾਰੀਆਂ ਮੇਂ ਹੜਕੰਪ ਮਚ ਗਿਆ ਹੈ। कैदी के फरार होने पर पुलिस उसकी तलाश में जुट गई। बताया जा रहा है कि बंदी जसनदीप सिंह NDPS एक्ट मामले में जेल में बंद था, जिसे श्री मुक्तसर साहिब जेल से पेशी पर लाया गया था, लेकिन वह पुलिस को चकमा देकर वहां से फरार हो गया। पुलिस वालों ने बताया कि फरार कैदी जसनदीप जंडियाला गुरु का रहने वाला है, जल्द ही उसे गिरफ्तार कर लिया जाएगा। श्री मुक्तसर साहिब से बूटा सिंह की रिपोर्ट। एक मई को पूरी दुनिया में मजदूर दिवस मनाया गया। इसी कड़ी में मोगा में CRO महिला विंग ने मजदूर दिवस मनाया। पंजाब महिला विंग प्रधान ज्योति सूद की अध्यक्षता में अलग अलग गांव से आए मजदूरों को चाय नाश्ता दिया और उन्हें इस दिन की शुभकामनाएं भी दी। बता दें कि भारत में मजदूर दिवस को मनाने की शुरुआत 1923 में सबसे पहले चेन्नई में हुई थी, जिसे वामपंथियों ने शुरू किया था। इसके बाद देश के कई मजदूर संगठनों ने इस दिन को मनाने की शुरुआत की। वहीं इस दिन शिकागो में अपने हक की लड़ाई लड़ते कई मजदूर शहीद हो गए थे, उनको भी याद कर श्रद्धांजलि दी जाती है। मोगा से हरपाल सिंह सहारन की रिपोर्ट। मेरा नाम शिल्पा गोयल है। शिल्पा जी, आज लिबर्टी है, किस तरीके से लिबर्टी मना रहे हो?
हम लेबर डे आज पहले तो आप सबको लेबर डे की बहुत सारी हार्दिक शुभकामनाएं। आज श्रमिकों का दिन है, सभी ने मजदूरों की बात की। मजदूर हमारे मजदूर भाई हैं, वो बहुत ही मेहनत करके घर परिवार चला रहे हैं। भाइयों के साथ साथ बहुत सी महिलाएं भी हैं जो मजदूरी करती हैं, लेकिन मुझे दुख इस बात का होता है कि जब मैं छोटे छोटे बच्चों को मजदूरी करते हुए देख रही हूँ। सबने बात की मजदूरों की, लेकिन उन बच्चों की किसी ने बात नहीं की जो छोटे छोटे बच्चे हम बहुत सारे कंस्ट्रक्शन एरिया पे देखते हैं कि छोटे छोटे बच्चे सिर पे बोझ उठा के पत्थर उठाते हैं, ईंटें उठाते हैं, उसके लिए मुझे बहुत बुरा लगता है। तो उनके लिए मैं कुछ लाइनें कहना चाहूँगी। उनको भी हाथों में कलम उठाना पसंद है, उनको भी स्कूल जाना पसंद है। वक्त बड़ा बना देता है वक्त मजबूरी। आज लेबर डे है जी, की मैसेज देना चाहोगे साढ़े जरिए अज दे इस दिहाड़े नूं? देखो जी, ये सीआरओ कंज्यूमर राइट ऑर्गेनाइजेशन पंजाब ने उन्होंने विंग ने उपराला किया जी लेबर डे ते। असीं अज इत्थे इकट्ठे होए हैं, असीं चाह दा अज लंगर लाया नाल, असीं नाले लेबर नूं जागरूक कर रहे हैं, क्योंकि जिहड़ा 1 जून नूं पंजाब दे विच इलैक्शन ने, असीं उहदे लई लेबर नूं नाले मोटीवेट कर रहे हैं कि भी आपदा समां कढ के ज सवेरे या शाम नूं कदे भी समां कढ के विचों 1 घंटे दा आपदे परिवार दे नाल जा के वोट जरूर पा के आउण, क्योंकि वोट पाउणा एक जिहड़ा मतदान आ, आपदी मत दा दान करना है। असीं अज इहनां नूं मोटीवेट कर रहे हैं जी, ते काफ़ी जिहड़ा लेबर चौंक तो काफ़ी लेबर आई हुई है जी। ਅੱਜ ਤੁਸੀਂ ਇੱਥੇ ਲੇਬਰਲ ਦੇ ਕੋਲੇ ਖੜ੍ਹੇ ਹੋ, ਅੱਜ ਦੇ ਦਿਨ ਦੀ ਕੀ ਮਤਾ ਅਤੇ ਕੀ ਮੈਸੇਜ ਦੇਣਾ ਚਾਹੋਗੇ? ਮੈਂ ਅੱਜ ਸੀਆਰਓ ਵੱਲੋਂ ਅਸੀਂ ਇੱਥੇ ਇੱਕ ਲੇਬਰ ਡੇ 'ਤੇ ਇਹਨਾਂ ਵਾਸਤੇ ਅਸੀਂ ਲੰਗਰ ਲਗਾ ਰਹੇ ਹਾਂ ਚਾਹ ਅਤੇ ਬਿਸਕਿਟ ਦਾ, ਅਤੇ ਅਸੀਂ ਇਹ ਸੋਚ ਕੇ ਇਸ ਕਰ ਰਹੇ ਹਾਂ ਕਿਉਂਕਿ ਇਹਨਾਂ ਵਾਸਤੇ ਕੋਈ ਵੀ ਕੁਛ ਨਹੀਂ ਕਰਦਾ। ਇਹਨਾਂ ਤੋਂ ਬਿਨਾਂ ਸਾਡੀ ਕੋਈ ਜ਼ਿੰਦਗੀ ਨਹੀਂ ਹੈਗੀ, ਕਿਉਂਕਿ ਸਾਡੇ ਘਰ ਬਣਦੇ ਆ, ਫੈਕਟਰੀਜ਼ ਬਣਦੀਆਂ, ਸਭ ਕੁਛ ਬਣਦਾ ਇਹਨਾਂ ਦੇ ਥਰੂ ਹੀ ਬਣਦਾ, ਅਤੇ ਬਟ ਇਹਨਾਂ ਬਾਰੇ ਕੋਈ ਵੀ ਕੁਛ ਨਹੀਂ ਸੋਚਦਾ। ਇਹ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ, ਅਤੇ ਬੱਚਿਆਂ ਤੋਂ ਵੀ ਕਰਾਈ ਜਾਂਦੀ ਹੈ ਜਿਹੜੀ ਕਿ ਨਹੀਂ ਕਰਾਉਣੀ ਚਾਹੀਦੀ। ਛੋਟੇ ਛੋਟੇ ਬੱਚੇ ਲੇਬਰ ਕਰਦੇ ਹੈਗੇ ਜੋ ਇਲੀਗਲ ਹੈ, ਉਹਦੇ ਵਾਸਤੇ ਸੀਆਰਓ ਵੱਲੋਂ ਕੋਈ ਕਦਮ ਚੁੱਕਾਂਗੇ, ਇਹਨਾਂ ਦੀ ਹੈਲਪ ਕਰਾਂਗੇ। ਅਤੇ ਜਿਹੜੇ ਮਜ਼ਦੂਰਾਂ ਨੇ ਜਿਹੜਾ ਆਪਣਾ ਇੱਕ ਮੁੱਦਾ ਚੱਕਿਆ ਸੀ ਕਿ 8 ਘੰਟੇ ਦਾ ਕੰਮ ਦਾ, ਅਤੇ ਉਹਦੇ ਵਾਸਤੇ ਵੀ ਉਹਨਾਂ ਨੇ ਲੜਾਈ ਲਿਖੀ ਸੀਗੀ, ਅਤੇ ਉਹਦੇ ਵਾਸਤੇ ਅਸੀਂ ਇਹ ਕਹਿਣਾ ਚਾਹਾਂਗੇ ਵੀ ਅਸੀਂ ਸੀਆਰਓ ਵੱਲੋਂ ਇਹਨਾਂ ਨਾਲ ਬਰਾਬਰ ਖੜਾਂਗੇ ਅਤੇ ਇਹਨਾਂ ਵਾਸਤੇ ਹੱਕਾਂ ਵਾਸਤੇ ਅਸੀਂ ਲੜਾਂਗੇ। ਵੋਟਰ ਡੇ ਵੀ ਆ ਰਿਹਾ, ਕੀ ਮੈਸੇਜ? ਵੋਟਰ ਡੇ ਵੀ ਆ ਰਿਹਾ, ਅਤੇ ਅਸੀਂ ਪਹਿਲਾਂ ਤੋਂ ਹੀ ਸੀਆਰਓ ਵੱਲੋਂ ਸਾਡੀ ਮੁਹਿੰਮ ਚਾਲੂ ਹੈ ਇਸ ਚੀਜ਼ ਦੀ ਕਿ ਵੋਟਾਂ ਵੱਧ ਤੋਂ ਵੱਧ ਪਾਈਆਂ ਜਾਣ। ਅਸੀਂ ਇਸ ਚੀਜ਼ ਦਾ ਪਹਿਲਾਂ ਤੋਂ ਹੀ ਸ਼ੁਰੂਆਤ ਕਰ ਚੁੱਕੇ ਹਾਂ।